ਆਪਣੇ ਪਰਿਵਾਰ ਨੂੰ ਪਤਾ ਨਹੀਂ ਕਿਆ ਹੋ ਗਿਆ, ਕਿਹਦੀ ਨਜ਼ਰ ਲੱਗ ਗਈ, ਇੰਨਾ ਸੋਹਣਾ ਸਾਡਾ ਕੰਮ ਚੱਲਦਾ ਤਾ, ਆਹ 2 ਦਿਨਾਂ 'ਚ ਪਤਾ ਨਹੀਂ ਕਿਆ ਹੋਇਆ ਕਿਆ ਨਹੀਂ। ਛੋਟੇ ਨੂੰ ਬੜੀ ਅੱਗ ਲੱਗੀ ਪਈ ਹੈ, ਪਤਾ ਨਹੀਂ ਕਿਹਦੀਆਂ ਪੱਟੀਆਂ ਪੜ ਪੜ ਕੇ ਆਉਂਦਾ ਏ। ਬੜਾ ਤਾਂ ਬਥੇਰਾ ਸਾਊ ਹੈ, ਉਹ ਤਾਂ ਵਿਚਾਰਾ ਕਦੇ ਨਹੀਂ ਬੋਲਿਆ ਸਾਡੇ ਮੂਹਰੇ, ਕੰਮ ਵੀ ਬਥੇਰਾ ਕਰਦਾ ਏ। ਆ ਛੋਟਾ ਤਾਂ ਬਾਹਰ ਤੇ ਪੱਟੀਆਂ ਪੜ ਪੜ ਕੇ ਆਉਂਦਾ ਏ, ਅੱਜ ਤੱਕ ਕਦੇ ਨਹੀਂ ਤੇ ਲੜੇ ਹੈਗੇ ਛੋਟੇ ਤੇ ਲੈ ਕੇ, ਹੁਣ ਤੱਕ ਇੰਨੇ ਪਿਆਰ ਨਾਲ ਰਹਿੰਦੇ ਤੇ, ਹੁਣ ਪਤਾ ਨਹੀਂ ਕਿਆ ਹੋਇਆ ਕਿਆ ਨਹੀਂ ਹੋਇਆ, ਹਰ ਟਾਈਮ ਭੱਖਿਆ ਰਹਿੰਦਾ, ਹਰ ਵਕਤ ਭੱਖਿਆ ਰਹਿੰਦਾ ਏ। ਨੂੰਹਾਂ ਸਾਡੀਆਂ ਨੇ ਕਦੇ ਲੜੀਆਂ ਆਪਸ ਵਿੱਚ ਹੀ, ਇਹਨਾਂ ਨੂੰ ਪਤਾ ਨਹੀਂ ਕਿਆ ਹੋਇਆ, 2 ਦਿਨਾਂ 'ਚ ਪਤਾ ਨਹੀਂ ਕਿੱਧਰ ਤੇ ਸਿੱਖ ਕੇ ਕਿਹਨੇ ਸਿਖਾ ਦਿੱਤਾ, ਪਤਾ ਨਹੀਂ ਲੱਗਦਾ। ਬਥੇਰੀਆਂ ਭੈਣਾਂ ਵਾਂਗ ਰਹਿੰਦੀ ਆ, ਖੁਸ਼ ਰਹਿੰਦੀ ਹੈ, ਹਰ ਦਮ ਮੇਰਾ ਵੀ ਦਦਨੀ ਆਤਮਾ ਖੁਸ਼ੀ ਰਹਿੰਦੀ ਹੈ ਵੀ ਹਾਂ ਚੱਲ ਮੇਰੀਆਂ ਬਹੂਆਂ ਕੁੜੀਆਂ ਮੰਗਣ ਰਹਿੰਦੀਆਂ ਏ, ਹੈ ਕਦੇ ਕਿਸੇ ਕੰਮ ਦੀ ਨਹੀਂ ਚਿੰਤਾ ਹੈਗੀ ਵੀ ਕੋਈ ਕੰਮ ਨਹੀਂ ਕਰਿਆ ਹੈਗਾ, 2 ਹੱਸ ਹੱਸ ਕੇ ਕੰਮ ਕਰਦੀਆਂ, ਨੱਠੀਆਂ ਭੱਜੀਆਂ ਫਿਰਦੀਆਂ ਏ। ਆ 2 ਦਿਨ ਤੇ ਪਤਾ ਨਹੀਂ ਕਿਆ ਹੋਇਆ ਕਿਆ ਨਹੀਂ ਹੋਇਆ, ਕੀ ਤੇ ਸਿੱਖ ਕੇ ਆਇਆ ਕੀ ਤੇ ਨਹੀਂ ਸਿੱਖ ਕੇ ਆਇਆ। ਬਸ ਮੇਰਾ ਮਨ ਬਹੁਤ ਉਦਾਸ ਰਹਿੰਦਾ ਏ, ਟੈਨਸ਼ਨ ਦੇ ਵਿੱਚ ਮੇਰਾ ਸਿਰ ਦੁਖਣ ਲੱਗ ਜਾਂਦਾ ਸਾਰਾ, ਮੈਂ ਸੋਚੀ ਜਾਂਦੀ ਹਾਂ ਵੀ ਦੱਸ ਮੇਰੇ ਨਿਆਣੇ ਦਾ ਕਿਆ ਬਣੂਗਾ। ਲੜਦੇ ਤਾਂ ਐ, ਟੈਨਸ਼ਨ ਤਾਂ ਸਾਨੂੰ ਐ, ਕਿਆ ਕਰੇ। ਹੋਰ ਲੋਕਾਂ ਦੇ ਘਰਾਂ ਦੇਖ ਦਿੰਦੀ ਸੀ ਮੈਂ, ਕਿਹਾ ਫਲਾਣੇ ਦੇ ਲੜਦੇ ਫਲਾਣੇ ਦੇ ਲੜਦੇ, ਆਏ ਨੀ ਪਤਾ ਹੈਗਾ ਵੀ ਆ ਜਿਹੜੇ ਘੋੜੇ ਨੇ ਚਾਰੇ ਪਾਸੇ ਪੈਰ ਜੇ ਮਾਰਤੇ, ਹੁਣ ਸਾਡੇ ਘਰ ਵੀ ਤਮਾਸਾ ਲੱਗ ਗਿਆ। ਹੁਣ ਬਾਪੂ ਜੀ ਰੋਟੀ ਦੇਵਾਂ ਜੀ ਤੁਹਾਨੂੰ? ਪੁੱਤ ਕਿਆ ਗੱਲ ਹੋ ਗਈ ਦੀ, ਉਹ ਕਾਹਤੇ ਲੜੀ ਜਾਣੇ ਛੋਟੇ? ਉਹ ਐਵੇਂ ਕੋਈ ਗੱਲ ਨੀ ਹੋਈ ਬੀਬੀ, ਉਹ ਤਾਂ ਦੋਵੇਂ ਮਾਲਕ ਦੀ ਵੀ ਆਪਸ ਵਿੱਚ ਲੜਾਈ ਹੈ, ਉਹਨਾਂ ਨੇ ਫੇਰ ਇਕੱਠੇ ਹੋ ਜਾਣਾ। ਪੁੱਤ ਲੜਾਈ ਤਾਂ ਬੇਸ਼ੱਕ ਉਹਨਾਂ ਦੀ ਹੈ, ਪਰ ਫਿਕਰ ਤਾਂ ਮਾਂ ਬਾਪ ਨੇ ਹੁੰਦਾ, ਉਹ ਸਾਡੇ ਧੀ ਪੁੱਤ ਹੈ, ਸਾਨੂੰ ਲੜਦੇ ਚੰਗੇ ਨਹੀਂ ਲੱਗਦੇ ਪੁੱਤ। ਬਾਪੂ ਤੁਸੀਂ ਐਵੇਂ ਫਿਕਰ ਨਾ ਕਰੋ, ਉਹਨਾਂ ਨੇ ਤਾਂ ਆਪੇ ਠੀਕ ਹੋ ਜਾਣਾ, ਤੁਸੀਂ ਮੈਂ ਤੁਹਾਨੂੰ ਰੋਟੀ ਲੈ ਕਹਿੰਦੀ, ਤੁਸੀਂ ਰੋਟੀ ਖਾ ਲਓ। ਇਹ ਪੁੱਤ ਰੋਟੀ ਕਿੱਥੇ ਚੰਗੀ ਲੱਗਦੀ ਹੈ ਜਾਂ ਘਰ ਵਿੱਚ ਕਲੇਸ਼ ਹੋਈ ਜਾਂਦਾ ਏ। ਬੇਬੇ ਬਾਪੂ ਤੁਸੀਂ ਫਿਕਰ ਨਾ ਕਰੋ, ਸਭ ਕੁਛ ਠੀਕ ਹੋ ਜਾਣਾ, ਮੈਂ ਤੁਹਾਡੇ ਜੋਗੀ ਰੋਟੀ ਲੈ ਕੇ ਆਉਣੀ ਹੈ। ਮੇਰਾ ਤਾਂ ਘਰ 'ਚ ਜਮਾਂ ਜੀ ਨਹੀਂ ਲੱਗਦਾ, ਵੱਡੂ ਵੱਡੂ ਕਰਦਾ ਫਿਰਦਾ, ਮਨ ਨਹੀਂ ਕਰਦਾ ਕਾਹਦੇ ਨੂੰ ਵੀ, ਜੀ ਕਰਦਾ ਵੀ ਘਰ ਛੱਡ ਕੇ ਚਲੇ ਜਾ। ਨਾ ਜੀ ਤੁਸੀਂ ਇਹ ਗੱਲਾਂ ਕਾਹਨੂੰ ਕਰੀ ਜਾਂਦੇ, ਘਰ ਕਾਹਨੂੰ ਛੱਡਣਾ ਆਪਾਂ ਨੇ, ਉਹ ਵਾਹਿਗੁਰੂ ਤੇ ਭਰੋਸਾ ਰੱਖੋ, ਸਾਰਾ ਕੁਛ ਵਾਹਿਗੁਰੂ ਨੇ ਆਪੇ ਠੀਕ ਕਰ ਦੇਣਾ। ਵਾਹਿਗੁਰੂ ਤੇ ਭਰੋਸਾ ਰੱਖੇ ਹੀ ਤਾਂ, ਫਿਰ ਵੀ ਆਹ ਕੁਛ ਹੋ ਗਿਆ, ਪਤਾ ਹੀ ਨਹੀਂ ਇਹਨਾਂ ਨੂੰ ਕਿਆ ਵੱਢ ਕੇ ਖਾ ਗਿਆ ਇਹਨਾਂ ਨੂੰ। ਆ ਛੋਟਾ ਹੀ ਹੈ, ਹੋਰ ਤਾਂ ਸਾਡੇ ਘਰ 'ਚ ਕੋਈ ਕਲੇਸ਼ ਨਹੀਂ ਹੈਗਾ, ਛੋਟਾ ਹੀ ਹੈ, ਬਾਹਰ ਗੱਲਾਂ ਸੁਣ ਸੁਣ ਕੇ ਆਉਣਾ ਲੋਕਾਂ ਦੀਆਂ। ਹੇ ਪਰਮਾਤਮਾ ਮੇਰੇ ਘਰ ਤੇ ਮਿਹਰ ਭਰਿਆ ਹੱਥ ਰੱਖੀ, ਹੇ ਮਾਲਕਾ ਤੂੰ ਹੀ ਹੈ ਸਾਡਾ ਤਾਂ। ਕਿੰਨੇ ਦਿਨ ਹੋ ਗਏ ਮੇਰੇ ਉਹਨਾਂ ਦਾ ਫੋਨ ਹੀ ਨਹੀਂ ਆਇਆ, ਲੈ ਦੱਸ ਸੰਧਾਰਾ ਦੇਣ ਵੀ ਨਹੀਂ ਆਏ ਮੈਨੂੰ ਤਾਂ, ਪਤਾ ਨਹੀਂ ਐਡੀ ਕਿਹੜੀ ਗੱਲ ਹੋ ਗਈ। ਲੈ ਕਿੱਡੀ ਲੰਬੀ ਉਮਰ ਆ, ਮੇਰੇ ਵੀਰੇ ਦਾ ਤਾਂ ਫੋਨ ਆ ਹੀ ਗਿਆ। ਹੈਲੋ ਹੈਲੋ ਵੀਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਹੋਰ ਠੀਕ ਆ ਵੀਰੇ? ਹਾਂ ਸਭ ਵਧੀਆ। ਹੋਰ ਤੈਨੂੰ ਪਿੰਡਾਂ ਨਾ ਪੈਣਾ ਹੈ? ਅੱਛਾ ਕਿਉਂ, ਕੀ ਹੋ ਗਿਆ, ਠੀਕ ਠਾਕ ਆ ਸਾਰੇ? ਹਾਂ ਸਰ ਸਹੀ ਤਾਂ ਹੈ, ਪਰ ਵੱਡਾ ਸਹੀ ਨਹੀਂ ਚੱਲਦਾ ਹੈਗਾ ਆਪਣੇ ਨਾਲ। ਕੀ ਹੋ ਗਿਆ ਵੱਡੇ ਨੂੰ? ਤੂੰ ਐ ਕਰ ਸਰ ਪਿੰਡ ਆ ਜਾ, ਫੇਰ ਕਰਦੇ ਘਰ ਬੈ ਕੇ ਆਪਾਂ। ਚੱਲ ਠੀਕ ਆ ਵੀਰੇ, ਆਉਂਗੀ ਮੈਂ। ਹਾਂ ਪਹੁੰਚ ਗਈ, ਠੀਕ ਆ। ਲੈ ਦੱਸ ਐਡੀ ਵੱਡੀ ਕੀ ਗੱਲ ਹੋ ਗਈ, ਜਿਹੜਾ ਛੋਟੇ ਨੇ ਮੈਨੂੰ ਫੋਨ ਕਰਕੇ ਬੁਲਾਇਆ ਵਾ, ਵੱਡਾ ਤਾਂ ਕਦੇ ਕਿਸੇ ਮੂਹਰੇ ਬੋਲਿਆ ਨਹੀਂ ਹੈਗਾ।
ਓਹਨੇ ਇਹੋ ਜਿਹੇ ਕੀ ਭਾਂਬੜ ਮਚਾਤਾ ਜਿਹੜਾ ਛੋਟਾ ਮੈਨੂੰ ਕੱਲ ਨੂੰ ਬੁਲਾ ਰਿਹਾ ਵਾ। ਇਹੋ ਜਿਹੀ ਕਿਹੜੀ ਗੱਲ ਹੋ ਗਈ। ਸ਼ੁਕਰ ਸ਼ੁਕਰ ਹੈ ਸਰਪੰਚ ਸਾਹਿਬ ਘਰ ਹੀ ਹੈ। ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆ ਜਾਓ। ਹੋਰ ਕਾਕਾ? ਬਸ ਬੜੀਆ ਜੀ, ਦੱਸੋ। ਸਰਪੰਚ ਸਾਹਿਬ ਘਰ ਆ ਕੇ ਜਾਇਓ ਜੀ। ਕੀ ਗੱਲ ਹੋ ਗਈ? ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਕੋਈ? ਚੱਲ ਠੀਕ ਹੈ, ਮੈਂ ਆਉਂਦਾ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ। ਅਮਰੀਕ ਸਿੰਘ, ਆ ਗਏ ਜੀ, ਆ ਗਏ। ਅੱਛਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਠੀਕ ਹੋ? ਹਾਂਜੀ ਵਧੀਆ ਜੀ, ਹੋਰ ਠੀਕ ਠਾਕ? ਬੰਦਾ ਬੈਠੋ ਜੀ, ਬੈਠੋ। ਨਿੱਕੇ ਜਦ ਭੈਣ ਬੁਲਾ ਲਈ ਸੀ, ਪਰ ਸਰਪੰਚ ਸਾਹਿਬ ਦੀ ਕੀ ਲੋੜ ਸੀ? ਬਾਈ ਬਸ ਕਰ, ਜੋ ਫਾਇਦਾ ਨਾ ਸਰਪੰਚ ਦੇ ਸਾਹਮਣੇ ਆਊਗਾ। ਹਾਂ ਵੀ ਕਾਕਾ, ਕੀ ਗੱਲ ਹੋ ਗਈ? ਕੀ ਲੋੜ ਪਈ, ਕੀ ਗੱਲ?
ਸਰਪੰਚ ਸਾਹਿਬ ਤੁਹਾਨੂੰ ਤਾਂ ਬੁਲਾਇਆ, ਮੈਂ ਬਾਈ ਤੋਂ ਅਲੱਗ ਹੋਣਾ ਚਾਹੁੰਦਾ ਤੇ ਮੇਰੀ ਜ਼ਮੀਨ ਦਾ ਮਨਹਿੰਸਾ ਦਵਾਓ। ਉਹ ਕਾਕਾ, ਜ਼ਮੀਨਾਂ ਪਿੱਛੇ ਰਿਸ਼ਤੇ ਖਰਾਬ ਨਹੀਂ ਕਰੀਦੇ, ਇਹ ਤੇਰਾ ਵੱਡਾ ਭਰਾ ਹੈ, ਜ਼ਮੀਨਾਂ ਤਾਂ ਇੱਥੇ ਰਹਿ ਜਾਣੀਆਂ, ਠੀਕ ਹੈ। ਸਰਪੰਚ ਸਾਹਿਬ ਹੁਣ ਪਾਣੀ ਸਿਰ ਉੱਪਰ ਟੱਪ ਗਿਆ, ਹੁਣ ਸਾਡਾ ਫੈਸਲਾ ਕਰਾ ਕੇ ਜਾਇਓ। ਚਲੋ ਭਾਈ ਜਿਵੇਂ ਤੁਹਾਡੀ ਮਰਜ਼ੀ, ਦੂਰ ਸਿਆ ਤੇਰੇ ਇਹਦੇ ਬਾਰੇ ਕੀ ਕਹਿਣਾ? ਨਾ ਨਾ ਸਰਪੰਚ ਸਾਹਿਬ ਮੈਂ ਕੀ ਕਹਿਣਾ ਜੀ, ਜੋ ਨਿੱਕਾ ਕਹਿੰਦਾ ਉਵੇਂ ਕਰ ਲਓ ਜੀ। ਦੇਖ ਬਾਈ ਮੈਨੂੰ ਤੇਰਾ ਕੋਈ ਇਨਸਾਨ ਨਹੀਂ ਚਾਹੀਦਾ। ਹਾਂ ਵੀ ਦੀਪ ਸਿਆ, ਤੁਹਾਡੇ ਕੋਲ ਦੋ ਟੱਕ ਹੈ, ਇੱਕ ਹਾਈਵੇ ਤੇ ਇੱਕ ਟਿੱਬੇ ਵਾਲਾ, ਦੱਸੋ ਕਿਵੇਂ ਕਰਨਾ? ਕਰਨਾ ਕੀ ਹੈ ਸਰਪੰਚ ਸਾਹਿਬ, ਹਾਈਵੇ ਵਾਲੀ ਇਹ ਵਾਲੂ, ਟਿੱਬੇ ਵਾਲੀ ਮੈਂ ਵਾਲੂ ਜੀ, ਹੋਰ ਕੀ ਹੋਣਾ। ਸਰਪੰਚ ਸਾਹਿਬ ਇੱਕ ਗੱਲ ਹੋਰ, ਬਾਪੂ ਨੂੰ ਮੈਂ ਰੱਖੂੰਗਾ ਤੇ ਬੇਬੇ ਨੂੰ ਬਾਈ ਰੱਖੇ। ਉਹ ਕਾਕਾ ਰੁਕ ਜਾ ਰੁਕ ਜਾ, ਬਜ਼ੁਰਗਾਂ ਦੀ ਵੀ ਰਾਏ ਲੈ ਲੈ। ਹਾਂ ਵੀ ਮੇਰੀ ਕਿਸਿਆਂ, ਤੇਰਾ ਕੀ ਫੈਸਲਾ? ਸਰਪੰਚ ਸਾਹਿਬ ਸਾਡਾ ਕਾਹਦਾ ਫੈਸਲਾ, ਅਸੀਂ ਤਾਂ ਮੌਤ ਦੇ ਕਿਨਾਰੇ ਹਾਂ, ਇਹਦੇ ਨਾਲ ਤਾਂ ਰੱਬ ਮੌਤ ਹੀ ਦੇ ਦਵੇ। ਯਾਰ ਜਦ ਮੈਂ ਬੈਠਾ ਯਾਰ, ਠੀਕ ਆ ਜੀ ਟੈਨਸ਼ਨ, ਉਹ ਫਿਰ ਕੋਈ ਗੱਲ ਨੀ, ਆਪਾਂ ਜ਼ਮੀਨ ਦਵਾ ਦੂੰਗਾ, ਠੀਕ ਹੈ, ਜ਼ਮੀਨਾਂ ਵੱਧ ਦੂੰਗੇ, ਔਨ ਰੋਡ ਤੇ ਚਾਹੀਦੀ ਹੈ, ਮਿਲ ਜਾਏਗੀ, ਕਦੋਂ ਚਾਹੀਦੀ ਦੱਸ? ਤੂੰ ਇੱਕ ਵਾਰੀ ਮੇਰੇ ਕੋਲ ਆ ਜਾ, ਮੈਂ ਤੈਨੂੰ ਜਾ ਕੇ ਜਗ੍ਹਾ ਦਿਖਾ ਲਿਆਊਂਗਾ ਚਿੱਟੇ ਕਹੇ। ਯਾਰ ਦੇਖ ਬਿਲਡਰ ਮੈਂ ਵੀ ਨਹੀਂ ਹੈਗਾ, ਨਾ ਬਿਲਡਰ ਤੂੰ ਹੈ, ਜਿੱਦਣ ਆਉਣਾ ਹੋਇਆ ਨਾ ਮੈਨੂੰ ਫੋਨ ਕਰਦੀ, ਠੀਕ ਹੈ? ਚਲ ਠੀਕ ਹੈ, ਓਕੇ। ਤੇਰਾ ਤਾਂ ਨਾ ਅੰਦਰ ਜਾਣ ਨੂੰ ਜਮਾ ਜੀ ਨਹੀਂ ਕਰਦਾ, ਉਹਨਾਂ ਨੇ ਤਾਂ ਘਰ ਦੇ ਨਾਲ ਨਾਲ ਨਾ ਬੇਬੇ ਬਾਪੂ ਵੀ ਵੰਡ ਲਏ, ਨਾ ਮੈਂ ਬਾਪੂ ਕੋਲ ਜਾਣ ਜੋਗੀ, ਨਾ ਬੇਬੇ ਕੋਲ ਜਾਣ ਜੋਗੀ। ਭੂ ਆਈ ਸੀ? ਮੈਂ ਦੇਖੀ ਨੀ, ਕਦੋਂ ਆਈ ਸੀ ਭੂਆ? ਬਹੁਤ ਨੰਗੀ ਆ। ਨੀ ਤੈ ਕਿੱਥੇ ਦੇਖ ਲਈ ਭੂਆ? ਬਾਹਰ ਜਾਂਦੇ ਸੀ। ਬਾਹਰ ਜਾਂਦੀ ਸੀ? ਉਹ ਪੁੱਤ ਤੇਰੀ ਭੁਲੇਖਾ ਲੱਗਿਆ ਹੋਣਾ, ਉਹ ਬੂਆ ਨੀ ਆਉਣੀ ਤੇਰੀ, ਕੋਈ ਹੋਰ ਦੇਖ ਰਹੀ ਹੋਣੀ ਤੈ। ਪਰ ਯਾਰ ਭੈਣ ਆ ਕੇ ਗਈ ਸੀ। ਉਰੇ ਪੁੱਤ ਤੈਂ ਕਿੱਥੇ ਦੇਖੀ ਸੀ ਬੂਆ ਆਪਣੀ? ਬਾਹਰ। ਕਿੱਥੇ ਬਾਹਰ? ਉਹ ਗੇਟ ਤੇ ਲਾ ਜਾਂਦੇ ਤੇ।
ਚੱਲ ਠੀਕ ਹੈ, ਮੈਂ ਤੇ ਮੰਮੀ ਨੂੰ ਪੁੱਛਦਾ ਠੀਕ ਹੈ ਕਿ ਭੈਣ ਅੱਗੇ ਕਹੀ ਸੀ। ਚੱਲ ਖੇਲ ਕਿਰਤ। ਹਾਂ ਵੀਰੇ। ਹਾਂ ਵੀਰੇ, ਮੈਂ ਆਈ ਤਾਂ ਸੀ ਪਰ ਮੈਂ ਬਾਹਰੋਂ ਹੀ ਮੁੜ ਗਈ ਸੀ। ਮੈਂ ਕਿਵੇਂ ਆ ਜਾਂਦੀ, ਬਾਹਰ ਖੜ ਕੇ ਹੀ ਮੁੜ ਗਈ ਮੈਂ ਤਾਂ। ਤੁਸੀਂ ਤਾਂ ਮੇਰੀ ਤਾਂ ਹਿੰਮਤ ਹੀ ਨਹੀਂ ਪਈ ਅੰਦਰ ਆਉਣ ਦੀ। ਤੁਸੀਂ ਤਾਂ ਜ਼ਮੀਨਾਂ ਵੰਡ ਲਈਆਂ ਤੇ ਬੇਬੇ ਬਾਪੂ ਵੀ ਵੰਡ ਲਏ ਦੋਨੇ ਜਾਣੇ। ਮੇਰੀ ਤਾਂ ਜਮਾਂ ਹਿੰਮਤ ਨਹੀਂ ਪਈ ਹੈਗੀ ਅੰਦਰ ਆਉਣ ਦੀ। ਹਾਂ ਨਾ ਮੇਰੇ ਤਾਂ ਹੋਈ, ਤੈਨੂੰ ਤਾਂ ਫਿਰ ਵੀ ਨਹੀਂ ਮੇਰੀ ਯਾਦ ਆਈ ਹੈਗੀ। ਵੱਡਾ ਦੇਖ ਲਾ ਫਿਰ ਵੀ ਮੈਨੂੰ ਯਾਦ ਤਾਂ ਕਰ ਹੀ ਲੈਂਦਾ ਵਾ। ਤੂੰ ਤਾਂ ਇੰਨਾ ਨਿਰਦਈ ਹੋਇਆ ਬੈਠਾ ਵਾ, ਉਹਨੇ ਦੇਖ ਲਾ ਵੀ ਤੇਰੇ ਭਲੇ ਲਈ ਉਹ ਰੋਡ ਵਾਲੀ ਜ਼ਮੀਨ ਤੈਨੂੰ ਦੇਤੀ। ਹਾਂ ਆਪ ਉਹ ਟਿੱਬਾ ਬਹੁੰਦਾ ਵਾ, ਫਿਰ ਤੂੰ ਤਾਂ ਫਿਰ ਵੀ ਨਹੀਂ ਉਹਨੂੰ ਆਪਦਾ ਕੁਛ ਸਮਝਿਆ। ਆਹ ਜਿਹੜਾ ਤੂੰ ਅੰਕਲ ਨੂੰ 50,000 ਰੁਪਇਆ ਦੇਣਾ ਸੀਗਾ ਉਹ ਵੀ ਦੇਖ ਲਾ, ਉਹਨੇ ਕਹਿਤਾ ਵੀ ਅੰਕਲ ਤੁਸੀਂ ਨਾ ਉਹਨੂੰ ਉਹ ਕਰਿਓ ਮੈਂ ਤੁਹਾਨੂੰ ਦਊਂਗਾ। ਮੇਰੀ ਤਾਂ ਹਿੰਮਤ ਹੀ ਨਹੀਂ ਪਈ ਬਸ ਆਉਣ ਦੀ। ਲੈ ਤੂੰ ਤਾਂ ਸੰਧਾਰਾ ਦੇਣ ਵੀ ਨਹੀਂ ਆਇਆ ਤੀਆਂ ਦਾ, ਉਹ ਤਾਂ ਫਿਰ ਵੀ ਮੈਨੂੰ ਸੰਧਾਰਾ ਦੇ ਗਿਆ ਕੇ। ਮੈਂ ਤਾਂ ਹਨਾ ਹੁਣ ਉਦੋਂ ਹੀ ਆਊਂਗੀ ਜਦੋਂ ਤੁਸੀਂ ਦੁਬਾਰਾ ਇੱਕ ਹੋ ਗਏ। ਚੱਲ ਠੀਕ ਹੈ ਚੰਗਾ, ਮੈਂ ਤਾਂ ਹੁਣ ਫੋਨ ਰੱਖਦੀ ਹਾਂ, ਜਦੋਂ ਤੁਸੀਂ ਇੱਕ ਹੋ ਗਏ ਮੈਨੂੰ ਉਦੋਂ ਫੋਨ ਕਰ ਲਿਓ। ਠੀਕ ਹੈ ਚੰਗਾ, ਸਤਿ ਸ਼੍ਰੀ ਅਕਾਲ। ਹੇ ਮੇਰੇ ਮਾਲਕਾ, ਮੇਰੇ ਭਰਾਵਾਂ ਦਾ ਘਰ ਪਹਿਲਾਂ ਵਾਂਗੂ ਖੁਸ਼ੀਆਂ ਨਾਲ ਭਰ ਦੇ, ਉਹਨਾਂ ਦੋਨਾਂ ਨੂੰ ਇੱਕ ਕਰ ਦੇ ਜਿਵੇਂ ਪਹਿਲਾਂ ਸੀ ਉਵੇਂ ਹੀ ਰਹਿਣ ਹੁਣ ਵੀ।